ਹਾਲ ਕਰਤਾ ਹਾਏ ਵੇ ਅੱਛਾ ਸੌਂਗ ਚੱਲ ਰਿਹਾ ਹੈਗਾ ਉਸ ਲਈ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ ਸੋ ਮਚ ਤੁਸੀਂ ਜਿਸ ਤਰ੍ਹਾਂ ਤੁਹਾਡੇ ਬਹੁਤ ਸਾਰੇ ਸੌਂਗ ਆਏ ਹੈਗੇ ਜਿਨ੍ਹਾਂ ਦੇ ਵਿੱਚ ਸੈਡ ਕਨਸੈਪਟ ਹੀ ਹੁੰਦਾ ਹੈਗਾ ਜੀ ਜਿੱਦਾਂ ਸੀਗਾ ਹੱਥ ਚੁੰਮੇ ਸੀਗਾ ਹੱਥ ਚੁੰਮੇ ਸੀਗਾ ਹੁਣ ਫਿਰ ਇੱਕ ਤੁਸੀਂ ਜਿਹੜਾ ਹੈਗਾ ਉਹਦੇ ਵਿੱਚ ਸੈਡ ਕਨਸੈਪਟ ਹੈਗਾ ਤੁਹਾਡਾ ਇਹਦਾ ਕੀ ਰੀਜ਼ਨ ਕੀ ਹੈ ਮੈਂ ਇੱਕ ਪਿੱਛੇ ਜਿਹਾ ਗਾਣਾ ਕਰਿਆ ਸੀਗਾ ਜੀ ਮੇਰਾ ਚੱਲਿਆ ਨਹੀਂ ਉਹ ਬੀਟ ਸੌਂਗ ਸੀਗਾ ਅਤੇ ਉਹ ਚੱਲਿਆ ਨਹੀਂ ਮੈਂ ਕਿਹਾ ਹੁਣ ਫਿਰ ਸੈਡ ਕਰ ਲਓ ਜੀ ਫਿਰ ਮੈਂ ਦੁਬਾਰਾ ਫਿਰ ਕਿਉਂਕਿ ਮੇਰਾ ਪਹਿਲਾਂ ਕਿਸਮਤ ਨੂੰ ਤਾਰੇ ਨੂੰ ਹੱਥ ਚੁੰਮੇ ਨੂੰ ਫਿਲਹਾਲ ਨੂੰ ਇਹਨਾਂ ਨੂੰ ਬਹੁਤ ਜ਼ਿਆਦਾ ਵਧੀਆ ਰਿਸਪੋਂਸ ਮਿਲਿਆ ਹਾਲਾਂਕਿ ਫਿਲਹਾਲ 'ਚ ਮੇਰੀ ਨਿੱਕੀ ਜਿਹੀ ਫੀਚਰਿੰਗ ਸੀਗੀ ਬਟ ਚਲੋ ਗਾਣਾ ਆਪਣੀ ਸਾਰੀ ਟੀਮ ਦਾ ਸੀਗਾ ਅਤੇ ਉਹਨੂੰ ਐਪਰੀਸ਼ੀਏਟ ਕੀਤਾ ਲੋਕਾਂ ਨੇ ਤਾਂ ਕਰਕੇ ਫਿਰ ਮੇਰੀ ਮਤਲਬ ਸਾਡੇ ਸੱਜਣਾ ਮਿੱਤਰਾਂ ਦੀ ਟੀਮ ਦੀ ਸਲਾਹ ਸੀਗੀ ਵੀ ਇੱਕ ਆਪਾਂ ਉੱਦਾਂ ਦੀ ਗਾਣਾ ਕਰੀਏ ਵੀ ਜਿਹੜਾ ਆਪਾਂ ਨੂੰ 100% ਲੱਗਦਾ ਵੀ ਜਿਹੜੀ ਚੀਜ਼ ਐਪਰੀਸ਼ੀਏਟ ਕਰਨ ਵਾਲੀ ਆ ਬਿਕੋਜ਼ ਇੱਕ ਜਾਂ ਦੋ ਚੀਜ਼ਾਂ ਤੁਹਾਡੀਆਂ ਲਗਾਤਾਰ ਫਲੋਪ ਹੋ ਜਾਣ ਫਿਰ ਤੁਹਾਡਾ ਮਤਲਬ ਉਹ ਜਿਹੜਾ ਫੋਲੋਅਪ ਜਾਂ ਘੱਟ ਜਾਂਦਾ ਲੋਕਾਂ ਦੇ ਵਿੱਚ ਸਾਂਝ ਘੱਟ ਜਾਂਦੀ ਆ ਤਾਂ ਕਰਕੇ ਵੀ ਇੱਕ ਅੱਧੀ ਚੀਜ਼ ਸਟੇਬਲ ਉੱਦਾਂ ਦੀ ਆ ਜਾਏ ਫਿਰ ਲੋਕ ਤੁਹਾਡੇ ਨਾਲ ਜੁੜੇ ਰਹਿੰਦੇ ਤੁਸੀਂ ਬਾਲੀਵੁੱਡ ਦੇ ਵਿੱਚ ਡੈਬਿਊ ਕਰਨ ਜਾ ਰਹੇ ਹੋ ਅਤੇ ਕਿਸ ਤਰ੍ਹਾਂ ਦਾ ਫੀਲ ਹੋ ਰਿਹਾ ਤੁਹਾਨੂੰ ਬਹੁਤ ਜ਼ਿਆਦਾ ਵਧੀਆ ਹੋ ਰਿਹਾ ਜੀ ਮੈਂ ਮੇਰਾ ਸਾਡੀ 10 ਅਪ੍ਰੈਲ ਨੂੰ ਫਿਲਮ ਆ ਜਾਣੀ ਹੈ ਪਹਿਲੀ 83 ਅਤੇ ਰਣਵੀਰ ਭਾਅ ਜੀ ਨਾਲ ਬੜਾ ਕੁਛ ਸਿੱਖਣ ਨੂੰ ਮਿਲਿਆ ਅਤੇ ਬਹੁਤ ਹੀ ਐਨਰਜੀ ਵਾਲੇ ਬੰਦੇ ਆ ਜੀ ਉਹ ਸਾਰੀ ਟੀਮ ਹੀ ਖੈਰ ਕਬੀਰ ਸਰ ਵੀ ਅਤੇ ਉਹਨਾਂ ਦੀ ਸਾਰੀ ਜਿੰਨੇ ਵੀ ਨਾਲ ਉਹਨਾਂ ਦੇ ਬੰਦੇ ਐਸੋਸੀਏਟ ਸੀਗੇ ਪ੍ਰੋਡਕਸ਼ਨ ਹਾਊਸ ਵੀ ਉਹਨਾਂ ਦੇ ਬਹੁਤ ਵੱਡੀ ਫਿਲਮ ਹੈ ਜੀ ਨੈਕਸਟ ਈਅਰ ਦੀ ਅਤੇ ਲੋਕਾਂ ਦੇ ਪਿਆਰ ਸਦਕਾ ਪੰਜਾਬ ਦੇ ਲੋਕਾਂ ਦੇ ਪਿਆਰ ਸਦਕਾ ਮੈਂ ਹੁਣ ਤੱਕ ਪਹੁੰਚਿਆ ਜੀ ਅਤੇ ਸਾਰਿਆਂ ਦਾ ਮੈਂ ਸ਼ੁਕਰਗੁਜ਼ਾਰ ਹਾਂ ਤੁਸੀਂ ਜਿਸ ਤਰ੍ਹਾਂ ਸਰ ਤੁਹਾਡੇ ਜਿਹੜੇ ਕਰੈਕਟਰ ਹੁੰਦੇ ਨੇ ਬੜੇ ਅੱਛੇ ਕਰੈਕਟਰ ਹੁੰਦੇ ਨੇ ਅਤੇ ਜਿਹੜੀਆਂ ਬਾਲੀਵੁੱਡ ਦੇ ਵਿੱਚ ਵੀ ਤੁਹਾਡੇ ਅਸੀਂ ਕਰੈਕਟਰ ਜਿਹੜੇ ਹੈਗੇ ਆ ਵੀ ਅੱਛੇ ਹੋਣਗੇ ਉਮੀਦ ਕਰ ਸਕਦੇ ਹਾਂ ਅਸੀਂ ਉਹ ਜਿਵੇਂ ਦੋਨੇ ਫਿਲਮਾਂ ਬਾਇਓਪਿਕ ਨੇ ਮੇਰੀਆਂ ਬੁੱਝ ਵੀ ਬਾਇਓਪਿਕ ਹੈ ਜੀ ਅਤੇ ਜਿਹੜੀ 83 ਵੀ ਬਾਇਓਪਿਕ ਹੈ ਅਤੇ ਇਹ ਦੋਨਾਂ ਫਿਲਮਾਂ ਦੇ ਵਿੱਚ ਤੁਸੀਂ ਆਪਣੇ ਜਿਹੜੇ ਕਰੈਕਟਰਸ ਤੋਂ ਬਾਹਰ ਨਹੀਂ ਜਾ ਸਕਦੇ ਉਹ ਜੋ ਉਹਨਾਂ ਨੇ ਲਿਖਿਆ ਜਿੱਦਾਂ ਦਾ ਉਹਨਾਂ ਨੇ ਲਿਖਿਆ ਤੁਸੀਂ ਉੱਦਾਂ ਦਾ ਕਰਨਾ ਬਿਕੋਜ਼ ਜਿਹੜੀਆਂ ਦੂਜੀਆਂ ਫਿਕਸ਼ਨ ਫਿਲਮਾਂ ਹੁੰਦੀਆਂ ਨੇ ਫਿਕਸ਼ਨ ਫਿਲਮਾਂ 'ਚ ਤੁਸੀਂ ਕੁਛ ਵੀ ਕਰ ਸਕਦੇ ਹੋ ਕਾਮੇਡੀ ਪੰਚਿਸ ਗੇ ਉਹ ਕੁਛ ਵੀ ਪਾ ਸਕਦੇ ਹੋ ਅਤੇ ਉਹਦੇ ਵਿੱਚ ਜਿੰਨਾ ਉਹਨਾਂ ਨੇ ਇੱਕ ਦਾਇਰੇ ਦੇ ਵਿੱਚ ਰਹਿ ਕੇ ਐਕਟਿੰਗ ਕਰਨ ਨੂੰ ਕਹੀ ਗਈ ਆ ਉਹਨੇ ਕੀ ਕਰੀ ਆ ਬਟ ਮੈਂ ਆਪਣੇ ਕਰੈਕਟਰ ਨੂੰ ਲੈ ਕੇ ਆਪਣੀ ਐਕਟਿੰਗ ਨੂੰ ਲੈ ਕੇ ਅਤੇ ਮੈਨੂੰ ਪਤਾ ਵੀ ਮੇਰੇ ਚਾਹੁਣ ਵਾਲਿਆਂ ਨੂੰ ਕਿੱਦਾਂ ਚੀਜ਼ ਪਸੰਦ ਆਉਣੀ ਹੈ ਅਤੇ ਮੈਂ ਉਸ ਚੀਜ਼ 'ਤੇ ਕੌਨਫੀਡੈਂਟ ਹੈ